ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਪੱਕੇ ਯਾਰ ਪਾਲੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਟਲੀ ਦੇ ਖੁੱਲ ਚੁੱਕੇ ਪੇਪਰਾਂ ਦੇ ਬਾਰੇ ਜਿਨ੍ਹਾਂ ਨੇ ਪੇਪਰ ਪਰਵਾਉਣੇ ਆ ਤੇ ਜਿਹੜੇ ਪੇਪਰ ਪਰ ਚੁੱਕੇ ਆ ਪਹਿਲਾਂ ਤੋਂ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਨਵੇਂ ਪੇਪਰ ਪਰਣ ਤੋਂ ਪਹਿਲਾਂ ਕੀ ਤੁਸੀਂ ਜਾਨਣਾ ਨਹੀਂ ਚਾਹੋਗੇ ਇਹਨਾਂ ਦੇ ਪਿੱਛੇ ਦਾ ਸੱਚ ਜਿਹੜੇ ਪੇਪਰ ਪਰਦੇ ਆ ਇਟਲੀ ਦੇ ਉਹ ਕਈ ਵਾਰ ਤੁਹਾਨੂੰ ਜਿਹੜੇ ਹੈਗੇ ਆ ਫੇਕ ਨੂੰ ਲਿਆਉਂਦੇ ਇਸ਼ੂ ਕਰਕੇ ਦੇ ਦਿੰਦੇ ਆ ਇਹ ਬਹੁਤ ਸਾਰੇ ਵੀਰਾਂ ਨੂੰ ਪ੍ਰੋਬਲਮ ਆਈ ਆ ਪਿਛਲੇ ਸਾਲ ਦੇ ਵਿੱਚ ਤੇ ਉਹਦੇ ਰਿਲੇਟਿਡ ਆਪਾਂ ਇੱਕ ਵੀਡੀਓ ਵੀ ਬਣਾਈ ਸੀ ਸੋ ਹੁਣ ਫਿਰ ਤੋਂ ਆਪਾਂ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਕੁਝ ਨਿਊ ਇਨਫੋਰਮੇਸ਼ਨ ਸ਼ੇਅਰ ਕਰਦੀ ਹੈ ਫੇਕ ਨੂਲੇ ਉਸ ਤੇ ਬਾਰੇ ਤੇ ਹੋਰ ਵੀ ਇਟਲੀ ਦੇ ਪੇਪਰਾਂ ਦੇ ਰਿਲੇਟਿਡ ਕੁਝ ਨਵੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਿ ਨਹੀਂ ਪਤਾ ਹੋ ਹੋਵੇਗੀਆਂ ਤੇ ਚਲੋ ਜੀ ਵੀਡੀਓ ਸਟਾਰਟ ਕਰਦੇ ਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਹੈ ਕਿ ਜੋ ਵੀ ਬ੍ਰਿਸ਼ ਚੈਨਲ ਤੇ ਨਵੇਂ ਬਣਿਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜੋ ਸਾਡੀ ਨੈਕਸਟ ਆਉਣ ਵਾਲੀਆਂ ਵੀਡੀਓ ਤੇ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਤੇ ਵੀਡੀਓ ਨੂੰ ਕਿਰਪਾ ਕਰਕੇ ਪੂਰਾ ਜਰੂਰ ਦੇਖਿਓ ਕੋਈ ਪੁਆਇੰਟ ਸਕਿੱਪ ਨਾ ਕਰਿਓ ਕਿਉਂਕਿ ਇਹਦੇ ਵਿੱਚ ਤੁਹਾਡੇ ਲਈ ਅਜਿਹੀਆਂ ਗੱਲਾਂ ਹੋਣਗੀਆਂ ਕਿ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਇਟਲੀ ਦੇ 9 ਮਹੀਨੇ ਵਾਲੇ ਹੋਣ ਜਾਂ ਸਾਲ ਵਾਲੇ ਹੋਣ ਪੇਪਰ ਪਰਨ ਤੋਂ ਬਾਅਦ ਵਿੱਚ ਜੋ ਨੂਲੇਆ ਉਸ ਤੇ ਤਹਾਂ ਡੇਲੀ ਇਸ਼ੂ ਹੁੰਦੇ ਆ ਕਿ ਉਹ ਅਸਲੀ ਹੀ ਹੁੰਦੇ ਆ ਉਹਨਾਂ ਨੂੰ ਅਸੀਂ ਚੈੱਕ ਕਰ ਸਕਦੇ ਹਾਂ ਖੁਦ ਤੇ ਜਾਂ ਫਿਰ ਉਹਨਾਂ ਨੂੰ ਕਿਸੇ ਤੋਂ ਵੀ ਚੈੱਕ ਕਰਵਾ ਸਕਦੇ ਹਾਂ ਦੋਸਤੋ ਪਹਿਲਾਂ ਹੁੰਦਾ ਸੀ ਕਿ ਜਿਹੜੇ ਆਪਾਂ ਨੂੰ ਨੂਲਿਓਸ ਤੇ ਇਸ਼ੂ ਕਰਕੇ ਦਿੰਦੇ ਸੀ ਜਿਹੜੇ ਨੂਲਿਓਸ ਤੇ ਆਪਾਂ ਨੂੰ ਮਿਲਦੇ ਸੀ ਇਟਲੀ ਦੇ ਪੇਪਰ ਪਰਨ ਤੋਂ ਬਾਅਦ ਉਹ ਜਿਹੜੇ ਨੂਲਿਓਸ ਤੇ ਆਪਾਂ ਡਾਇਰੈਕਟ ਆਨਲਾਈਨ ਤਾਂ ਨਹੀਂ ਚੈੱਕ ਕਰ ਸਕਦੇ ਸੀ ਨਾ ਹੀ ਕੋਈ ਏਜੰਟ ਜਿਹੜਾ ਆਨਲਾਈਨ ਚੈੱਕ ਕਰ ਸਕਦਾ ਜਿੰਨੇ ਪਰੇ ਆ ਬਟ ਇਹਦਾ ਇੱਕ ਹੁੰਦਾ ਸੀ ਕਿ ਇਹ ਆਪਾਂ ਨੂਲੇ ਉਸ ਤੇ ਜਿਹੜੇ ਆ VFS ਤੋਂ ਜਿਹੜੇ ਹੈਗੇ ਆ ਚੈੱਕ ਕਰਵਾ ਸਕਦੇ ਸੀ ਉਹ ਵੀ ਡਾਇਰੈਕਟ ਉਹਨਾਂ ਨੂੰ ਕਾਲ ਕਰਕੇ ਤੇ ਉਹਦਾ ਇੱਕ ਆਈਡੀ ਨੰਬਰ ਹੁੰਦਾ ਵਾ ਉਹ ਨੰਬਰ ਉਹਨਾਂ ਨੂੰ ਦੱਸ ਕੇ ਤੇ ਆਪਾਂ ਜਿਹੜੇ ਹੈਗੇ ਵੈਰੀਫਾਈ ਕਰਵਾ ਸਕਦੇ ਸੀ ਇਹ オリジナル ਆ ਕੇ ਫੇਕ ਆ ਬਟ ਹੁਣ ਜਿਹੜੇ ਹੈਗੇ ਆ ਰੂਲ ਥੋੜੇ ਜੇ ਚੇਂਜਸ ਹੋਏ ਆ ਹੁਣ ਜਿਹੜਾ ਹੈਗਾ ਵਾ VFS ਕੋਈ ਵੀ ਜਾਣਕਾਰੀ ਸਾਨੂੰ ਨਹੀਂ ਦੇ ਰਿਹਾ ਉਹ ਕਹਿ ਰਿਹਾ ਕਿ ਰੂਲਸ ਜਿਹੜੇ ਚੇਂਜ ਹੋ ਚੁੱਕੇ ਆ ਅਸੀਂ ਕਿਸੇ ਵੀ ਨੂ ਲਿਆ ਉਸ ਤੇ ਦੀ ਇਸ ਤਰ੍ਹਾਂ ਤੁਹਾਨੂੰ ਜਿਹੜੀ ਹੈਗੀ ਹੈ ਜਾਣਕਾਰੀ ਨਹੀਂ ਦੇ ਸਕਦੇ ਕਿ ਇਹ ਫੇਕ ਆ ਜਾਂ オリジナル ਆ ਸੋ ਇਸ ਦੀ ਕੋਈ ਗੱਲ ਨਹੀਂ ਰੂਲਸ ਚੇਂਜ ਹੁੰਦੇ ਰਹਿੰਦੇ ਆ ਅੱਗੇ ਚੱਲ ਕੇ ਹੋਰ ਕੋਈ ਨਵਾਂ ਰੂਲ ਆ ਸਕਦਾ ਵਾ ਕਿਦਾਂ ਅਸੀਂ ਨੂ ਲਿਆ ਉਸ ਤੇ ਜਿਹੜੇ ਹੈਗੇ ਆ ਚੈੱਕ ਕਰ ਸਕਦੇ ਆ ਤੇ ਤੁਹਾਡੇ ਨਾਲ ਵੀ ਜਾਣਕਾਰੀ ਜਲਦੀ ਜਲਦੀ ਸ਼ੇਅਰ ਕੀਤੀ ਜਾਵੇਗੀ ਕੋਈ ਵੀ ਆਪਾਂ ਨਵੀਂ ਅਪਡੇਟ ਲੈ ਕੇ ਇਹ ਇੱਕ ਗੱਲ ਹੋਰ ਕਰਨੀ ਸੀ ਨੂਲੇ ਆਉਸਤੇ ਦੇ ਬਾਰੇ ਜੋ ਨੂਲੇ ਆਉਸਤੇ ਫੇਕ ਹੁੰਦੇ ਆ ਜਿਹੜੀ ਉਹ ਬਣਵਾ ਕੇ ਦਿੰਦੇ ਆ ਉਹ ਦੀ ਜਿਹੜੀ ਹੈਗੀ ਐਡਿਟਿੰਗ ਤੁਸੀਂ ਜਿਹੜੀ ਹੈਗੀ ਜਿੰਨੂੰ ਥੋੜੀ ਬਦੀ ਕੰਪਿਊਟਰ ਦੀ ਨੌਲੇਜ ਆ ਉਹ ਆਪ ਹੀ ਕਰਕੇ ਜਿਹੜਾ ਵਾ ਕਿਸੇ ਨੂੰ ਨੂਲਾ ਆਉਸਤਾ ਜਿਹੜਾ ਫੇਕ ਆ ਉਹ ਦਿਖਾ ਸਕਦਾ ਵਾ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਇਹਦੇ ਪਿਛਲਾ ਸੱਚ ਇਹੀ ਆ ਕਿ ਇੱਕ origignal ਨੂਲਾ ਉਸ ਦਾ ਲੈ ਕੇ ਉਹਦਾ ID ਨੰਬਰ ਜਿਹੜਾ ਹੁੰਦਾ ਵਾ ਉਹਦੇ ਵਿੱਚ ਥੋੜੀ ਜੀ ਚੇਂਜਸ ਕਰਕੇ ਤੇ ਜੋ ਜਿਹੜਾ ਜਿੰਨੇ ਪੇਪਰ ਨਵੇਂ ਭਰੇ ਹੁੰਦੇ ਆ ਉਹਦਾ ਉੱਤੇ ਨਾਂ ਪਾ ਕੇ ਤੇ ਉਹਦਾ ਜਿਹੜਾ ਹੈਗਾ VFS ਸੈਂਟਰ ਸਾਰੀ ਜਿਹੜੀ ਜਾਣਕਾਰੀ ਭਰ ਕੇ ਜਿਹੜੀ ਹੈਗੀ ਆ ਉਹ ਜਿਹੜੀ ਫੇਕ ਜਿਹੜੀ ਸਲੇਪ ਆ ਉਹ ਬਣ ਜਾਂਦੀ ਆ ਤੇ ਇਸ ਤਰ੍ਹਾਂ ਅੱਜ ਕੱਲ ਹੁੰਦਾ ਵੀ ਆ ਸੋ ਆਪਣੀ ਤੇ ਇਹ ਸਲਾਹ ਆ ਜਿਹੜੇ ਵੀਰ ਇਟਲੀ ਦੇ ਪੇਪਰ ਭਰ ਰਿਹਾ ਉਹ ਆਪਣੇ ਕੁਝ ਜਾਣਕਾਰ ਤੋਂ ਪੜਾਉਣ ਜਾਂ ਕੋਈ ਉਹਨਾਂ ਦਾ ਰਿਲੇਟਿਵ ਰਿਸ਼ਤੇਦਾਰ ਕੋਈ ਖਾਸ ਰਿਲੇਟਿਵ ਹੈ ਤੇ ਉਹਦੇ ਕੋਲ ਹੀ ਭਰਾਉਣ ਤਾਂ ਜੋ ਉਹ ਇਹ ਜਿਹੜਾ ਹੈਗਾ ਬਸ ਸਕੈਮ ਹੋਣ ਤੋਂ ਬਚ ਸਕਣ ਪੇਪਰ ਭਰਵਾਉਣ ਤੋਂ ਪਹਿਲਾਂ ਜਿਹਦੇ ਕੋਲੋਂ ਪੇਪਰ ਪਰਵਾ ਰਹੇ ਸੋ ਉਹਦਾ ਬੈਕਗਰਾਉਂਡ ਜ਼ਰੂਰ ਚੈੱਕ ਕਰ ਲਓ ਕਿ ਕਿੰਨਿਆਂ ਦੇ ਵੀਜ਼ੇ ਲੱਗੇ ਆ ਪਹਿਲਾਂ ਕਿੰਨਿਆਂ ਦੇ ਪੇਪਰ ਉਹਨੇ ਭਰੇ ਆ ਤਾਨੂੰ ਦਾ ਪਤਾ ਹੀ ਆ ਕਿ ਦਸੰਬਰ ਦੇ ਵਿੱਚ ਜਿਹੜੇ ਹੈਗੇ ਆ ਪੇਪਰ ਪਰੇ ਜਾਣੇ ਆ ਸੋ ਇਸ ਟਾਈਮ ਜਿਹੜਾ ਹੈਗਾ ਵਾ ਏਜੰਟ ਵੀ ਕਾਫੀ ਜ਼ੋਰ ਲਗਾ ਰਿਹਾ YouTube ਤੇ Instagram ਤੇ ਜਾਂ ਹੋਰ ਵੀ ਕਈ ਸਾਰੇ ਪਲੇਟਫਾਰਮ ਤੇ ਜਿਹੜੇ ਹੈਗੇ ਆ ਆਸ ਰਿਹਾ ਕਿ ਸਾਡੇ ਕੋਲੋਂ ਪੇਪਰ ਪਰਵਾਓ ਇੰਨੇ ਪੈਸੇ ਲਵਾਂਗੇ ਤੁਹਾਡੇ ਕੋਲ ਕੋਈ ਐਡਵਾਂਸ ਨਹੀਂ ਲਿਆ ਜਾਵੇਗਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੁਣਦੇ ਵਿੱਚ ਆ ਰਹੀਆਂ ਵਾ ਸੋ ਜਿਹੜੇ ਵੀ ਵੀਰੋ ਪੇਪਰ ਪਰਵਾ ਰਹੇ ਮੈਨੂੰ ਵੀ ਪਹਿਲਾਂ ਕਮੈਂਟ ਆਏ ਸੀ ਕੁਝ ਵੀਰਾਂ ਦੇ ਕਹਿੰਦੇ ਸੀ ਪੇਪਰ ਪਰਵਾ ਦਿਓ ਪਰ ਆਪਾਂ ਅਜਿਹਾ ਕੰਮ ਨਹੀਂ ਕਰਦੇ ਕਿਉਂਕਿ ਆਪਣੇ ਕੋਲ ਉਕਾਸ ਕੋਈ ਬੰਦਾ ਨਹੀਂ ਹੈਗਾ ਪੇਪਰ ਪਰਵਾਉਣ ਵਾਲਾ ਸੋ ਇਸ ਲਈ ਸਕੈਮ ਤੋਂ ਬਚੋ ਜਿੰਨਾ ਹੋ ਸਕੇ ਆਪਣੇ ਟਰਸਟੇਬਲ ਬੰਦੇ ਤੇ ਯਕੀਨ ਕਰਕੇ ਜਿਹੜਾ ਵੀ ਟਰਸਟੇਬਲ ਬੰਦਾ ਹੋਵੇ ਉਸ ਤੋਂ ਹੀ ਪੇਪਰ ਪਰਵਾਓ ਤੇ ਕੋਸ਼ਿਸ਼ ਕਰੋ ਐਡਵਾਂਸ ਜਿਹੜਾ ਹੈਗਾ ਵਾ ਉਹਦੀ ਗੱਲ ਵੀ ਬਾਅਦ ਦੀ ਕਰੋ ਜੇਕਰ ਤੁਹਾਡੇ ਕੋਲ ਐਡਵਾਂਸ ਲੈਂਦਾ ਵੀ ਆ ਤਾਂ 40-50000 ਤੱਕ ਤੁਸੀਂ ਦੇ ਸਕਦੇ ਜੋ ਕਿਉਂਕਿ ਇਹਨੇ ਦੇ ਵਿੱਚ ਪੇਪਰ ਫਿਲ ਹੋ ਜਾਂਦੇ ਆ ਇਹ ਵੀ ਜਿਆਦਾ ਕੁਝ ਦੱਸ ਰਿਹਾ ਮੈਂ ਇੰਨੀ ਫੀਸ ਨਹੀਂ ਹੁੰਦੀ ਪੇਪਰ ਪਰਨ ਦੀ ਉਹ ਵੀ ਥੋੜੀ-ਬਹੁਤ ਲੱਗਦੀ ਆ ਸੋ 50 ਯੂਰੋ ਚ ਹੋ ਜਾਂਦਾ ਵਾ ਬਟ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਟਰਸਟੇਬਲ ਬੰਦੇ ਤੋਂ ਹੀ ਪੇਪਰ ਪਰਵਾਉਣ ਦੇ ਇਹ ਦਿਨਾਂ ਲੈ ਕੀ ਹੋਵੇਗਾ ਕਿ ਜੇਕਰ ਤੁਹਾਡਾ ਬੰਦਾ ਖਾਸ ਹੋਵੇਗਾ ਟਰਸਟੇਬਲ ਹੋਵੇਗਾ ਉਹਨੇ ਪਹਿਲਾਂ ਵੀ ਪੇਪਰ ਪਰਵਾਏ ਹੋਣਗੇ ਨਿਕਲੇ ਹੋਣਗੇ ਉਹਦੇ ਥਰੂ ਬੰਦੇ ਜਿਹੜੇ ਹੈਗੇ ਆ ਇਟਲੀ ਦੇ ਵਿੱਚ ਆਏ ਹੋਣਗੇ ਤਾਂ ਤੁਹਾਨੂੰ ਵੀ ਯਕੀਨ ਰਹੇਗਾ ਕਿ ਤੁਹਾਡੇ ਪੇਪਰ ਅੱਗੇ ਜਾ ਕੇ ਨਿਕਲ ਸਕਦੇ ਆ ਤੇ ਤੁਹਾਡੇ ਨਾਲ ਕੋਈ ਜਿਹੜਾ ਹੈਗਾ ਵਾ ਸਕੈਮ ਨਹੀਂ ਹੋਵੇਗਾ ਤੇ ਤੁਹਾਡੇ ਜਿਹੜੇ ਪੈਸੇ ਵੀ ਫਾਲਤੂ ਨਹੀਂ ਜਾਣਗੇ ਸੋ ਗਾਇਸ ਐਨੀ ਕ ਅਪਡੇਟ ਦੇ ਨਾਲ ਆਪਾਂ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਆ ਤੇ ਰਿਕਵੈਸਟ ਹੈ ਜੋ ਵੀ ਵੀਰ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਹ ਜਾਣਕਾਰੀ ਅੱਗੇ ਹੋਰ ਵੀ ਵੀਵਰ ਤੱਕ ਪਹੁੰਚ ਸਕੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ Facebook ਪੇਜ ਆਪਣਾ ਦਿੱਤਾ ਵਾ ਤੇ ਉਹਨੂੰ ਵੀ ਜਾ ਕੇ ਜੁਆਇਨ ਕਰੋ ਜੇਕਰ ਕੋਈ ਵੀ ਵੀਡੀਓ ਜਾਂ ਜਾਣਕਾਰੀ ਹੁੰਦੀ ਹੈ ਆਪਣੇ ਕੋਲ ਆਪਾਂ ਸਭ ਤੋਂ ਪਹਿਲਾਂ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਆਂ ਸੋ ਉਹਨਾਂ ਨੂੰ ਵੀ ਜ਼ਰੂਰ ਜਾ ਕੇ ਜੁਆਇਨ ਕਰੋ ਸੋ ਜੇਕਰ ਕਿਸੇ ਦਾ ਕੋਈ ਸਵਾਲ ਹੈ ਕੁਐਸਚਨ ਹੈ ਉਹ ਵੀਡੀਓ ਦੇ ਹਲੇ ਕਮੈਂਟਸ ਕਰ ਸਕਦਾ ਵਾ ਤੇ ਆਪਾਂ ਉਹਨਾਂ ਨੂੰ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਦੇ ਕੁਐਸਚਨ ਦੇ ਜਿਹੜੇ ਹੈਗੇ ਆ ਆਨਸਰ ਕਲੀਅਰ ਕਰਾਂਗੇ ਕੋਈ ਵੀ ਜਾਣਕਾਰੀ ਚਾਹੀਦੀ ਹੋਈ ਤੇ ਵੀਡੀਓ ਥੱਲੇ ਕਮੈਂਟਰੀ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਕੀਪ ਵਾਚਿੰਗ ਪੱਕੇ ਹੀ ਯਾਰ ਪਾਲੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ